ਗੁੱਡ ਈਵਨਿੰਗ ਆਲ। ਮੈਂ ਹੁਣ ਮੀਟਿੰਗ ਅਟੈਂਡ ਕਰਕੇ ਆਇਆ। ਸ਼ਾਮੀ 4 ਵਜੇ ਤੋਂ ਲੈ ਕੇ 8 ਵਜੇ ਤੱਕ ਮੀਟਿੰਗ ਚੱਲੀ ਆ ਡੀਸੀ ਸਾਹਿਬ ਸੀਪੀ ਸਾਹਿਬ ਦੀ, ਔਰ ਇਹਦੇ ਵਿੱਚ ਸ਼ਹਿਰ ਦੇ ਸਾਰੇ ਹੀ ਮੈਡੀਕਲ ਸਟੋਰ ਵਾਲੇ ਨੰਬਰ 1, ਨੰਬਰ 2 ਜਿਹਨੇ ਫਰੂਟ ਸਬਜ਼ੀਆਂ ਵਾਲੇ, ਨੰਬਰ 3 ਜਿਹੜਾ ਘਰ ਦੇ ਰਾਸ਼ਨ ਵਾਲੇ, ਇਹੋ ਜਿਹਾ ਜਿਹੜੀਆਂ ਘਰ ਵਿੱਚ ਜ਼ਰੂਰੀ ਵਸਤੂਆਂ ਜਿਹੜੀਆਂ ਖਾਣ ਪੀਣ ਵਾਲੀਆਂ ਜਾਂ ਪਸ਼ੂਆਂ ਨੂੰ ਪੱਠੇ ਪਾਉਣ ਵਾਲੇ ਸਾਰੀਆਂ ਚੀਜ਼ਾਂ ਜਿਹੜੀਆਂ, ਇਹਨਾਂ ਸੰਬੰਧੀ ਜਿਹੜੀ 4 ਘੰਟੇ ਮੀਟਿੰਗ ਚੱਲੀ ਆ। ਉਹਦੇ 'ਚ ਮੈਂ ਤੁਹਾਨੂੰ 7-8 ਪੁਆਇੰਟ ਦਿਖਾਉਣ ਦੱਸਣ ਲੱਗਾ। ਇਹ ਸਾਰੇ ਆਪ ਧਿਆਨ ਨਾਲ ਸੁਣ ਕੇ ਥੱਲਿਓਂ ਕੋਂਸਟੇਬਲ ਤੋਂ ਲੈ ਕੇ ਉੱਪਰ ਤੱਕ ਜਿਹੜੇ ਥਾਣੇ ਦੇ ਹੈੱਡ ਤੱਕ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ। ਤੁਹਾਨੂੰ ਕਿਸੇ ਟਾਈਮ ਵੀ ਸੀਪੀ ਸਾਹਿਬ ਜਾਂ ਡੀਸੀ ਸਾਹਿਬ ਜਾਂ ਕੋਈ ਪੁੱਛ ਸਕਦਾ, ਤਾਂ ਇਹ ਨਹੀਂ ਕਹਿਣਾ ਵੀ ਮੈਂ ਬਰੀਫ ਨਹੀਂ ਹੋਇਆ। ਇਹਦੀ ਜ਼ਿੰਮੇਵਾਰੀ SHO ਦੀ ਔਰ ਚੌਂਕੀ ਇੰਚਾਰਜ ਦੀ ਹੋਊਗੀ, ਆਪਣੇ ਥੱਲੇ ਲੱਗੀ ਫੋਰਸ ਨੂੰ ਬਰੀਫ ਕਰਨ ਦੀ। ਇਹ ਪੁਆਇੰਟ ਇਸ ਤਰ੍ਹਾਂ ਆ, ਨੰਬਰ 1 ਮੈਡੀਕਲ ਸਟੋਰ ਜਿਹੜੇ ਆ ਇਹ ਬੰਦ ਰਹਿਣਗੇ। ਇਹਨਾਂ ਦੀਆਂ ਟੀਮਾਂ ਹੋਣਗੀਆਂ ਮੈਡੀਕਲ ਸਟੋਰ ਵਾਲਿਆਂ ਦੀਆਂ, ਜਿਹੜੀਆਂ ਟੈਲੀਫੋਨ ਨੰਬਰ 'ਤੇ ਉਹਨਾਂ ਨੂੰ ਮੈਸੇਜ ਕੀਤਾ ਜਾਊਗਾ ਘਰੋਂ, ਜਿਵੇਂ ਮੈਨੂੰ ਕੋਈ ਮੈਡੀਕਲ ਚਾਹੀਦੀ ਆ ਮੈਡੀਸਨ, ਫੋਨ ਕਰ ਦਿੱਤਾ ਜਾਊਗਾ, ਉਹ ਮੇਰੇ ਘਰ ਪਹੁੰਚਾਉਣ ਦੇ ਜ਼ਿੰਮੇਵਾਰ ਹੋਣਗੇ। ਉਹ ਜਿਹੜੇ ਬੰਦੇ ਘਰ ਪਹੁੰਚਾਉਣਗੇ ਉਹਨਾਂ ਨੂੰ ਪਾਸ DC ਸਾਹਿਬ ਵੱਲੋਂ ਮਿਲ ਜਾਣਗੇ। ਅਗਰ ਇਹਦੇ ਵਿੱਚ ਇਹ ਵੀ ਚੀਜ਼ ਦਾ ਖਿਆਲ ਰੱਖਣਾ, ਜੇ ਕਿਸੇ ਕੋਈ ਬੰਦਾ ਘਰ ਕਿਸੇ ਦੇ ਮੈਡੀਕਲ ਮੈਡੀਸਨ ਦੇਣ ਜਾ ਰਿਹਾ, ਉਹਦੇ ਕੋਲ ਪਾਸ ਹੈ, ਠੀਕ ਆ, ਅਗਰ ਨਹੀਂ ਵੀ ਆ ਤਾਂ ਵੀ ਉਹਨੂੰ ਰੋਕਣਾ ਨਹੀਂ। ਨੰਬਰ 2, ਰੇੜੀਆਂ ਜਿਹੜੀਆਂ ਲੱਗਣਗੀਆਂ ਫਰੂਟ ਵਾਲੀਆਂ ਔਰ ਸਬਜ਼ੀਆਂ ਵਾਲੀਆਂ ਘਰਾਂ ਦੇ ਵਿੱਚ, ਇਹਨਾਂ ਨੂੰ ਵੀ ਪਾਸ ਦਿੱਤੇ ਜਾਣਗੇ, ਔਰ ਇਹ ਘਰਾਂ ਦੇ ਵਿੱਚ ਤੁਰ ਫਿਰ ਕੇ ਸਾਰੇ ਪਬਲਿਕ ਦੇ ਵਿੱਚ ਆਪਣੀਆਂ ਫਰੂਟ ਔਰ ਸਬਜ਼ੀਆਂ ਵੰਡਣਗੇ। ਨਹੀਂ ਵੀ ਪਾਸ ਹੋਣਗੇ ਤਾਂ ਵੀ ਇਹਨਾਂ ਨੂੰ ਨਹੀਂ ਰੋਕਣਾ। ਨੰਬਰ 3, ਘਰ ਦਾ ਸਮਾਨ ਵਾਸਤੇ ਵੀ, ਜਿਹੜਾ ਘਰ ਦਾ ਆਟਾ, ਘਿਓ, ਖੰਡ, ਜੋ ਵੀ ਚੀਜ਼ਾਂ ਆ, ਇਹ ਵੀ ਇਹਨਾਂ ਕੋਲ ਵੀ ਪਾਸ ਹੋਣਗੇ। ਜੇ ਕਿਸੇ ਕੋਲ ਨਹੀਂ ਵੀ ਆ ਤਾਂ ਉਹ ਸਮਾਨ ਕਿਸੇ ਦੇ ਘਰ ਪਹੁੰਚਾਉਣ ਜਾ ਰਿਹਾ, ਉਹਨੂੰ ਨਹੀਂ ਰੋਕਣਾ। ਨੰਬਰ 4, ਦੁੱਧ ਵਾਸਤੇ ਵੇਰਕਾ ਵਾਲੇ ਨੇ ਗੱਡੀਆਂ ਲਾਤੀਆਂ, ਵੇਰਕਾ ਵਾਲਿਆਂ ਦੇ GM ਆਏ ਹੋਏ ਸੀਗੇ, ਉਹ ਸਾਰੇ ਘਰਾਂ 'ਚ ਪੈਕਟ ਦੇਣਗੇ। ਇਸੇ ਤਰ੍ਹਾਂ ਹੀ ਦੂਜੀ ਵੀ ਦੁੱਧ ਵੰਡਣਗੇ, ਇਸ ਵਿੱਚ ਕਿਸੇ ਵੀ ਦੂਜੀ ਨੂੰ ਨਹੀਂ ਰੋਕਣਾ। ਸਵੇਰੇ ਇੱਕ ਕੰਪਲੇਂਟ ਉੱਥੇ CP ਸਾਹਿਬ ਕੋਲ ਪਹੁੰਚੀ ਆ ਵੀ ਦੀਪ ਨਗਰ ਦੇ ਵਿੱਚ ਨਾਕੇ 'ਤੇ ਦੂਜੀ ਦੇ ਟਾਇਰ ਦੀ ਹਵਾ ਕੱਢ ਦਿੱਤੀ। ਬਹੁਤ ਮਾੜੀ ਗੱਲ ਆ, ਜਿਹੜੇ ਵੀ ਉੱਥੇ ਮੁਲਾਜ਼ਮ ਲੱਗੇ ਆ, ਜ਼ਿੰਮੇਵਾਰੀ ਫਿਕਸ ਕਰੂੰਗਾ ਮੈਂ SHO ਦੀ ਅਗਰ ਅੱਜ ਤੋਂ ਬਾਅਦ ਦੁਬਾਰਾ ਗੱਲ ਹੋਈ। ਨੰਬਰ 5, ਪੱਤਰਕਾਰਾਂ ਨੂੰ ਬਿਲਕੁਲ ਨਹੀਂ ਰੋਕਣਾ, ਚਾਹੇ ਉਹ ਪੱਤਰਕਾਰ ਫੀਲਡ ਦੇ ਵਿੱਚ ਘੁੰਮ ਰਹੇ ਆ, ਚਾਹੇ ਉਹ ਕਿਸ ਆਪਣੇ ਆਫਿਸ ਦੇ ਵਿੱਚ ਲੱਗੇ ਆ। ਇਹਦੀ ਕੰਪਲੇਂਟ ਵੀ ਭਾਰਗੂ ਕੈਂਪ ਥਾਣੇ ਦੀ ਗਈ ਆ, ਭੂਸ਼ਣ ਸਬਇੰਸਪੈਕਟਰ ਨਾਲ ਮੇਰੀ ਵੀ ਗੱਲ ਹੋਈ ਆ। ਉਸ ਬੰਦੇ ਨੇ ਉਹ ਇੱਕ ਕਿਸੇ ਮੁਲਾਜ਼ਮ ਨੂੰ ਰੋਕਿਆ ਤਾਂ ਉਹਨਾਂ ਮਿਸਬਿਹੇਵ ਵੀ ਕੀਤਾ ਮੇਰੇ ਗੱਲ ਕਰਨ ਤੋਂ ਬਾਅਦ ਵੀ। ਮੈਂ ਤਾਂ ਵੱਖਰਾ ਐਕਸ਼ਨ ਲਊਂਗਾ ਹੁਣ ਉਹਦੇ 'ਤੇ, ਔਰ ਉਹਦਾ ਫੋਨ ਚੁੱਕ ਕੇ ਮਾਰਿਆ ਔਰ ਉਹਨੂੰ ਕਈ ਕੁਛ ਬੋਲਿਆ, ਜੋ ਸਾਰਾ ਉਹਦੇ ਕੋਲ ਰਿਕਾਰਡ ਆ ਸਾਰਾ। ਇਹਦੇ 'ਚ SHO ਦੀ ਨਲੈਕੀ ਮੈਂ ਕਹੂੰਗਾ ਵੀ ਜੇ ਉਹਦੇ ਅੰਡਰ ਜਿਹੜੇ ਜਿਹੜੇ ਥਾਣੇਦਾਰ ਆ ਉਹਦੇ ਕਹਿਣੇ 'ਚ ਨਹੀਂ। ਨੰਬਰ 6, ਪਬਲਿਕ ਨਹੀਂ ਘੁੰਮੂਗੀ, ਵੀ ਕੋਈ ਕਹੇ ਮੈਂ ਕਿਤੇ ਜਾ ਰਿਹਾ, ਉਹ ਨਹੀਂ ਘੁੰਮੂਗੀ। ਹੋਸਪਿਟਲ ਨੂੰ ਕੋਈ ਜਾਂਦਾ ਜਾਣ ਦਿਓ, ਜੇ ਉਹਦੇ ਵਿੱਚ ਜੇ ਬਾਕੀ ਆ ਸਮਾਨ ਵੇਚਣ ਵਾਲੇ ਘਰਾਂ 'ਚ ਵੇਚਣ ਆਉਣਗੇ, ਕੋਈ ਦੁਕਾਨ ਨਹੀਂ ਖੁੱਲੂਗੀ। ਜਿਵੇਂ ਅੱਜ 8 ਪਰਚੇ ਦਰਜ ਕੀਤੇ ਆ ਭਾਰਗੋ ਕੈਂਪ, ਸਵੇਰੇ ਸਬਜ਼ੀ ਦੀਆਂ ਦੁਕਾਨਾਂ ਲੱਗ ਗਈਆਂ ਸੀ। ਜਿਹੜੇ ਕਿਸੇ ਵੀ SHO ਦੇ ਏਰੀਏ 'ਚ ਸਬਜ਼ੀ ਦੀ ਦੁਕਾਨ, ਮੈਡੀਕਲ ਸਟੋਰ ਜਾਂ ਕੋਈ ਕਰਿਆਨੇ ਦੀ ਦੁਕਾਨ ਜਾਂ ਹੋਰ ਕਿਸੇ ਤਰ੍ਹਾਂ ਦੀ ਕੋਈ ਦੁਕਾਨ ਖੁੱਲ੍ਹਦੀ ਆ, ਉਹਦਾ ਜ਼ਿੰਮੇਵਾਰ SHO ਖੁਦ ਹੋਊਗਾ। ਹਰ ਥਾਣੇ 'ਚ SHO ਨਾਲ ਉਹਨਾਂ ਦੇ ACP ਲੱਗੇ ਆ। ਇਸ ਕਰਕੇ ਕਿਰਪਾ ਕਰਕੇ ਇਹਦੇ ਪੂਰੇ ਧਿਆਨ ਦੇ ਨਾਲ ਲੋਕਾਂ ਨੂੰ ਬਰੀਫ ਕਰੋ, ਅਵੇਅਰ ਕਰੋ, ਜਿਹੜਾ ਨਹੀਂ ਮੰਨਦਾ ਠੋਕ ਕੇ ਪਰਚਾ ਦਿਓ। ਔਰ ਆਹ ਜਿਹੜੇ ਪੁਆਇੰਟ ਲਿਖਾਏ ਆ ਇਹਨਾਂ ਦੇ ਉੱਤੇ ਜ਼ਿਕਰ ਕਰਕੇ ਥੱਲੇ ਵਾਲੀ ਫੋਰਸ ਨੂੰ ਬਰੀਫ ਕਰੋ। ਲੋਕਾਂ ਨੇ ਘਰਾਂ 'ਚ ਇੱਥੇ ਡੇਅਰੀਆਂ ਰੱਖੀਆਂ, ਉੱਥੇ ਪਸ਼ੂਆਂ ਵਾਸਤੇ ਚਾਰਾ ਆਉਂਦਾ ਜਾਂ ਕੋਈ ਕੰਮ ਹੈ ਪਸ਼ੂ ਜਾ ਰਹੇ ਆ ਉੱਥੇ ਪੱਠੇ ਪਾਉਣ ਲਈ, ਜੇ ਕੋਈ ਬੰਦਾ ਕਹਿ ਰਿਹਾ ਇਹੋ ਜਿਹੀ ਗੱਲ, ਉਹਦੀ ਧਿਆਨ ਨਾਲ ਸੁਣੋ ਵੀ ਜਿਹੜੀ ਇਹਨੇ ਗੱਲ ਦੱਸੀ ਆ ਉਹ ਬਿਲਕੁਲ ਸਹੀ ਆ। ਵੀ ਉਹ ਡੇਅਰੀ 'ਤੇ ਜਾ ਰਿਹਾ ਬੰਦਾ, ਉਹਨੇ ਉੱਥੋਂ ਦੁੱਧ ਚੋਣਾ ਆ ਜਾਂ ਉੱਥੇ ਪੱਠੇ ਲੈ ਕੇ ਜਾ ਰਿਹਾ ਜਾਂ ਪੱਠੇ ਵੱਢਣੇ ਜਾ ਕੇ, ਉਹਨੂੰ ਜਾਣ ਦਿਓ ਯਾਰ। ਹਰ ਬੰਦੇ ਨੂੰ ਧਿਆਨ ਨਾਲ ਪੁੱਛ ਕੇ ਫਿਰ ਆਪਣਾ ਦਿਮਾਗ ਵਰਤ ਕੇ ਫਿਰ ਉਹਦੇ ਮੁਤਾਬਕ ਚੱਲੋ। ਸਖਤੀ ਰੱਖਣੀ ਆ, ਪਰ ਕੋਈ ਇੱਦਾਂ ਦਾ ਕੰਮ ਨਹੀਂ ਕਰਨਾ ਕਿ ਲੋਕ ਬਾਹਰ ਆ ਜਾਣ ਔਰ ਮੁੜ ਕੇ ਆਪਣੇ ਕੋਲ ਲਾਅ ਐਂਡ ਆਰਡਰ ਨਾਲ ਸਾਂਭਿਆ ਜਾਵੇ। ਸਾਰੀਆਂ ਚੀਜ਼ਾਂ ਨੂੰ ਧਿਆਨ ਨਾਲ ਰੱਖਦੇ ਹੋਏ ਬੜੇ ਪਿਆਰ ਨਾਲ ਲੋਕਾਂ ਦੇ ਨਾਲ ਵਿਚਰਨਾ, ਡਾਂਗ ਵੀ ਹੱਥ 'ਚ ਚਾਹੀਦੀ ਆ, ਔਰ ਆ ਸਾਰੇ ਕੰਮਾਂ ਦੀ ਪੂਰਤੀ ਕਰਾਉਣੀ ਆ। ਠੀਕ, ਅੱਧੇ ਘੰਟੇ ਬਾਅਦ ਮੈਂ ਇਕੱਲੇ ਇਕੱਲੇ SHO ਚੌਂਕੀ ਇੰਚਾਰਜ ਨਾਲ ਗੱਲ ਕਰਨੀ ਆ ਵੀ ਜੇ ਕਿਸੇ ਨੂੰ ਥਾਣੇ 'ਚ ਕੋਈ ਫੋਰਸ ਆ, ਦਿਨ ਦੀ ਫੋਰਸ ਦੇ ਕਿੱਦਾਂ ਨਾਕੇ ਲਾ ਰਿਹਾ, ਰਾਤ ਨੂੰ ਕਿੱਦਾਂ ਨਾਕੇ ਲਾ ਰਿਹਾ, ਕਿੰਨੇ ਕਿੰਨੇ ਘੰਟੇ ਡਿਊਟੀ ਚੱਲ ਰਹੀ ਆ ਫੋਰਸ ਦੀ, ਔਰ ਉਹਨਾਂ ਦੇ ਖਾਣ ਪੀਣ ਦਾ ਪ੍ਰਬੰਧ ਕੀ ਆ। ਇਕੱਲਾ ਇਕੱਲਾ SHO ਚੌਂਕੀ ਇੰਚਾਰਜ ਆ ਮੇਰਾ ਮੈਸੇਜ ਸੁਣ ਕੇ ਜਿਹੜੇ ਮੈਂ ਦੱਸੇ ਪੁਆਇੰਟ ਇਹਨਾਂ ਬਾਰੇ ਵੀ ਜਵਾਬ ਦਊਗਾ,
ਔਰ ਜਿਹੜੇ ਉਹਦੇ ਥਾਣੇ ਦੀ ਕੋਈ ਕਮੀ ਪੇਸ਼ੀ ਉਹਦੇ ਬਾਰੇ ਵੀ ਮੈਨੂੰ ਦੱਸੂਗਾ। ਧੰਨਵਾਦ।